ਕੀ ਸੱਚਮੁੱਚ ਹੀ ਗੈਂਗਸਟਰ ਗੋਲਡੀ ਬਰਾੜ ਦੀ ਹੋ ਗਈ ਹੈ ਮੌਤ? ਬਰਾਦਰਾਂ 'ਚ ਹੋਈ ਸੀ ਗੋਲੀਬਾਰੀ ਤੇ ਦੋ ਨੌਜਵਾਨ ਹੋਏ ਨੇ ਜ਼ਖਮੀ, ਪੁਲਿਸ ਨੇ ਕੀਤੀ ਹੈ ਇੱਕ ਦੇ ਮੌਤ ਦੀ। ਇੱਕ ਵਾਰ ਫਿਰ ਤੋਂ ਸਨਸਨੀ ਪੈਦਾ ਹੋ ਗਈ ਜਦੋਂ ਗੋਲਡੀ ਬਰਾੜ ਦੇ ਮੌਤ ਦੀ ਖਬਰ ਫੈਲ ਗਈ ਹੈ। ਕੀ ਇਹ ਸੱਚ ਹੈ ਜਾਂ ਫਿਰ ਨੇਰੀ ਅਫਵਾਹ ਹੀ ਹੈ? ਦਰਅਸਲ ਗੋਲਡੀ ਬਰਾੜ ਜੋ ਕਿ ਇੱਕ ਨਾਮੀ ਗੈਂਗਸਟਰ ਹੈ ਅਤੇ ਜੋ ਕਿ ਪਹਿਲਾਂ ਕੈਨੇਡਾ ਦੇ ਵਿੱਚ ਅਤੇ ਫਿਰ ਅਮਰੀਕਾ ਦੇ ਵਿੱਚ ਪਨਾਹ ਲੈ ਚੁੱਕਾ ਹੈ, ਗੋਲਡੀ ਬਰਾੜ ਦੇ ਖਿਲਾਫ ਇੰਟਰਪੋਲ ਦੇ ਵੱਲੋਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ, ਪਰ ਫਿਰ ਵੀ ਗੋਲਡੀ ਬਰਾੜ ਅਜੇ ਤੱਕ ਗ੍ਰਿਫਤ ਤੋਂ ਬਾਹਰ ਹੈ ਅਤੇ ਹੁਣ ਇਸ ਦੇ ਮੌਤ ਦੀ ਖਬਰ ਫੈਲ ਰਹੀ ਹੈ। ਦਰਅਸਲ ਅਮਰੀਕਾ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖਬਰ ਆ ਰਹੀ ਹੈ। ਅਮਰੀਕੀ ਵੈਬਸਾਈਟ ਨੇ ਦਾਅਵਾ ਕੀਤਾ ਕਿ ਅਣਪਛਾਤਿਆਂ ਦੇ ਵੱਲੋਂ ਕੀਤੀ ਗਈ ਗੋਲੀਬਾਰੀ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਇੱਕ ਗੋਲਡੀ ਬਰਾੜ ਹੋ ਸਕਦਾ, ਹਾਲਾਂਕਿ ਇਸ ਦੀ ਕੋਈ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਕੀਤੀ ਗਈ। ਦੱਸਣਾ ਹੁਣ ਇਹ ਵੀ ਬਣ ਜਾਂਦਾ ਹੈ ਕਿ ਅਮਰੀਕਾ ਦੀ ਨਿਊਜ਼ ਵੈਬਸਾਈਟ ਦੇ ਅਨੁਸਾਰ ਫਰੈਜ਼ਨੋ ਪੁਲਿਸ ਲੈਫਟੀਨੈਂਟ ਲੈਸਲੀ ਵਿਲੀਅਮਸ ਨੇ ਦੱਸਿਆ ਕਿ ਕੇਂਦਰੀ ਫਰੈਜ਼ਨੋ ਦੇ ਵਿੱਚ ਗੋਲੀ ਲੱਗਣ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਦੋ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ। ਇਹ ਗੋਲੀਬਾਰੀ ਫੇਅਰਮਾਉਂਟ ਅਤੇ ਹੋਲਟ ਐਵੀਨਿਊਜ਼ ਉੱਤੇ ਸ਼ਾਮ 5:25 'ਤੇ ਗਲੀ ਦੇ ਵਿੱਚ ਹੋਈ ਸੀ ਅਤੇ ਜਦੋਂ ਇਹਨਾਂ ਦੋਵਾਂ ਉੱਤੇ ਗੋਲੀਬਾਰੀ ਹੋਈ ਤਾਂ ਪੀੜਤ ਗਲੀ ਵਿੱਚ ਖੜ੍ਹੇ ਸੀ, ਪਰ ਪੁਲਿਸ ਵੱਲੋਂ ਹਮਲੇ ਦਾ ਸ਼ਿਕਾਰ ਹੋਏ ਦੋਵਾਂ ਨੌਜਵਾਨਾਂ ਦੀ ਪਛਾਣ ਨਹੀਂ ਦੱਸੀ ਗਈ। ਦੱਸਣਾ ਇਹ ਵੀ ਬਣਦਾ ਕਿ ਕੈਨੇਡਾ ਤੋਂ ਭੱਜਣ ਤੋਂ ਮਗਰੋਂ ਗੋਲਡੀ ਬਰਾੜ ਨੇ ਅਮਰੀਕਾ ਦੇ ਫਰੈਜ਼ਨੋ ਵਿੱਚ ਹੀ ਸ਼ਰਨ ਲਈ ਸੀ ਅਤੇ ਗੋਲਡੀ ਬਰਾੜ ਦੀ ਆਖਰੀ ਲੋਕੇਸ਼ਨ ਜੋ ਹੈ ਉਹ ਫਰੈਜ਼ਨੋ ਹੀ ਦੱਸੀ ਜਾਂਦੀ ਹੈ। ਆਖਰ ਗੋਲਡੀ ਬਰਾੜ ਜੋ ਇੱਕ ਨਾਮੀ ਗੈਂਗਸਟਰ ਹੈ ਜੋ ਕਿ ਇੰਡੀਆ ਤੋਂ ਪਹਿਲਾਂ ਕੈਨੇਡਾ ਅਤੇ ਫਿਰ ਅਮਰੀਕਾ ਦੇ ਵਿੱਚ ਚਲਾ ਗਿਆ ਅਤੇ ਉੱਥੇ ਜਾ ਕੇ ਵੀ ਹੁਣ ਵੀ ਆਪਣੇ ਕਾਰਨਾਮਿਆਂ ਤੋਂ ਬਾਜ ਨਹੀਂ ਆਇਆ ਹੋਇਆ ਅਤੇ ਇਸ ਸਭ ਦੇ ਚੱਲਦੇ ਗੋਲਡੀ ਬਰਾੜ ਜੋ ਕਿ ਮਰਹੂਮ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਵੀ ਜੋ ਇੱਕ ਨਿੱਜੀ ਚੈਨਲ ਦੇ ਇੰਟਰਵਿਊ ਰਾਹੀਂ ਆਪਣੇ ਉੱਤੇ ਲੈ ਚੁੱਕਿਆ ਅਤੇ ਉਸ ਦੇ ਲਈ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੋਇਆ ਅਤੇ ਨਾਲ ਨਾਲ ਗੋਲਡੀ ਬਰਾੜ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੇ ਵਿੱਚ ਇੱਕ ਓਪੀ ਗੈਂਗ ਦੇ ਸਾਥੀ ਦਾ ਕਤਲ ਕੀਤਾ ਗਿਆ ਸੀ ਜੋ ਕਿ ਗੋਲਡੀ ਬਰਾੜ ਦੇ ਗਰੁੱਪ ਨਾਲ ਮਿਲ ਕੇ ਉਸ ਦੀਆਂ ਖਬਰਾਂ ਓਪੀ ਗੈਂਗ ਨੂੰ ਦਿੰਦਾ ਸੀ ਅਤੇ ਜਿਸ ਕਾਰਨ ਗੋਲਡੀ ਬਰਾੜ ਦੇ ਕਈ ਪਲੈਨ ਵਿਗੜ ਗਏ ਸੀ। ਉਸਦੇ ਲਈ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਕੁਝ ਦਿਨ ਪਹਿਲਾਂ ਸਲਮਾਨ ਖਾਨ ਦੇ ਘਰ ਉੱਤੇ ਗੋਲੀਆਂ ਚੱਲੀਆਂ ਅਤੇ ਇਸ ਹਮਲੇ 'ਚ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦਾ ਨਾਮ ਸਾਹਮਣੇ ਆਇਆ ਸੀ ਅਤੇ ਇਸ ਤੋਂ ਪਹਿਲਾਂ ਗੋਲਡੀ ਬਰਾੜ ਵੱਲੋਂ ਵੀ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ। ਗੋਲਡੀ ਬਰਾੜ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਆਪਣੇ ਇੰਟਰਵਿਊ ਦੇ ਵਿੱਚ ਕਈ ਵਾਰ ਮਰਹੂਮ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕਰਾਉਣ ਦੀ ਜ਼ਿੰਮੇਵਾਰੀ ਵੀ ਲੈ ਚੁੱਕਿਆ। ਇਸ ਦੇ ਚੱਲਦਿਆਂ ਹੁਣ ਗੋਲਡੀ ਬਰਾੜ ਦੀ ਫਿਰ ਇੱਕ ਵਾਰ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਅਤੇ ਅਜੇ ਤੱਕ ਉਹ ਨਿਰੀਆਂ ਅਫਵਾਹਾਂ ਹੀ ਨੇ, ਪਰ ਅਮਰੀਕਾ ਦੇ ਵਿੱਚ ਜੋ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਉਹਨਾਂ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਕੋਈ ਇੱਕ ਗੋਲਡੀ ਬਰਾੜ ਹੋ ਸਕਦਾ, ਪਰ ਇਸ ਗੱਲ ਦੀ ਅਧਿਕਾਰਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੈ ਕਿ ਉਹ ਗੋਲਡੀ ਬਰਾੜ ਹੀ ਹੈ। ਅਜੇ ਤੱਕ ਇਹ ਸਿਰਫ ਅਫਵਾਹਾਂ ਹੀ ਨੇ ਕਿ ਗੋਲਡੀ ਬਰਾੜ ਮਾਰਿਆ ਗਿਆ ਹੈ। ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਸਲ ਸੱਚ ਇਸ ਮਾਮਲੇ 'ਚ ਸਾਹਮਣੇ ਨਹੀਂ ਆਇਆ।